ਪਟਿਆਲਾ ਦੇ ਪੁਰਾਣਾ ਬਿਸ਼ਨ ਨਗਰ ਸਥਿਤ ਇੱਕ ਨਿੱਜੀ ਡਾਕਟਰ ਦੀ ਪੀੜਿਤ ਪਰਿਵਾਰ ਵੱਲੋਂ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦੱਸਣਯੋਗ ਹੈ ਕਿ ਪੀੜਿਤ ਪਰਿਵਾਰ ਵੱਲੋਂ ਡਾਕਟਰ 'ਤੇ ਇਹ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੇ ਬੱਚੇ ਨੂੰ ਡਾਕਟਰ ਵੱਲੋਂ ਐਕਸਪਾਇਰੀ ਦਵਾਈ ਦਿੱਤੀ ਗਈ ਹੈ ਅਤੇ ਪੀੜਿਤ ਪਰਿਵਾਰ ਵੱਲੋਂ ਜਦੋਂ ਡਾਕਟਰ ਤੋਂ ਇਹ ਪੁੱਛਿਆ ਗਿਆ ਕਿ ਜੇਕਰ ਉਹਨਾਂ ਦੇ ਬੱਚੇ ਨਾਲ ਕੱਲ੍ਹ ਕੋਈ ਵੀ 19-21 ਗੱਲ ਹੁੰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ, ਪਰ ਡਾਕਟਰ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ, ਜਿਸ ਕਾਰਨ ਗੁੱਸੇ 'ਚ ਆਏ ਪੀੜਿਤ ਪਰਿਵਾਰ ਨੇ ਡਾਕਟਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜੋ ਕਿ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਬਾਕੀ ਤੁਸੀਂ ਵੀ ਵੇਖੋ ਇਸ ਵੀਡੀਓ ਨੂੰ। ਕੋਈ ਨਾ ਸਾਰੇ ਠੀਕ ਹੈ, ਚਲੋ ਲਿਆਓ। ਹੁਣ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਜਵਾਕ ਨੂੰ ਮਾਰਨਾ ਪਹਿਲਾਂ ਦੱਸੋ, ਤੁਸੀਂ ਉਰੇ ਡਾਕਟਰ ਕਿਸ ਲਈ ਬੈਠੇ ਹੋ ਪਹਿਲਾਂ ਦੱਸੋ, ਡਾਕਟਰ ਕਿਸ ਲਈ ਕਿ ਅਸੀਂ ਜਾਣ ਲਈ ਬੈਠੇ ਹਾਂ। ਤੁਸੀਂ ਇਹ ਐਕਸਪਾਇਰੀ ਡੇਟ ਦੇ ਰਹੇ ਹੋ, ਤੁਸੀਂ ਇਹਨਾਂ ਨੂੰ ਤੁਹਾਨੂੰ ਇੰਨਾ ਨਹੀਂ ਪਤਾ ਹੈਗਾ, ਖਰਚ ਦੇਣੀ ਨਹੀਂ ਹੈਗੀ। ਨਹੀਂ ਨਹੀਂ ਮੈਂ ਅੱਧੇ ਦੂਰੋਂ ਦਿਖਾ ਰਿਹਾ, ਦੇਖੋ ਚੌਥੇ ਮਹੀਨੇ 2019 ਦੇ ਵਿੱਚ ਇਹ ਐਕਸਪਾਇਰੀ ਹੈ। ਬੱਚੇ ਦੀ ਤਬੀਅਤ ਖਰਾਬ ਹੈ। ਇੱਕ ਮਿੰਟ ਤੁਸੀਂ ਇਹ ਦੱਸੋ ਕਿਸ ਲਈ ਡਾਕਟਰ ਲਈ ਬੈਠੇ ਤੁਸੀਂ? ਮੈਂ ਆਰਾਮ ਨਾਲ ਹੀ ਗੱਲ ਕਰ ਰਿਹਾ ਜੇ ਕੱਲ ਨੂੰ ਨਹੀਂ ਮੈਨੂੰ ਦੱਸੋ ਫਣੀ ਆ ਗਈ ਹੁਣ ਆਪਣਾ। ਮੈਨੂੰ ਇਹ ਦੱਸੋ ਕੱਲ ਨੂੰ ਬੱਚੇ ਨੂੰ ਨਿੱਕੀ ਗੱਲ ਹੁੰਦੀ ਤੁਸੀਂ ਜ਼ਿੰਮੇਵਾਰ ਹੈਗੇ ਹੋ? ਆਪਣਾ ਸਟਾਕ ਹੁੰਦਾ ਨਹੀਂ, ਖੜ ਜਾ ਪ੍ਰੈਸਿੰਗ ਕੋ ਪ੍ਰੈਸਿੰਗ ਨੂੰ ਬੁਲਾ ਯਾਰ ਨੂੰ। ਕਿਉਂ ਬੈਠੋ ਜੀ, ਕਿਉਂ ਬੈਠੋ? ਅਸੀਂ ਦੇ ਚੁੱਕੇ ਹਾਂ, ਬੈਠੋ। ਬੱਚੇ ਨੂੰ ਡੋਜ਼ ਦੇ ਚੁੱਕੇ ਹਾਂ। ਤੁਸੀਂ ਕਾਦੇ ਬੱਚੇ ਨੂੰ ਡੋਜ਼? ਕੱਲ ਨੂੰ ਬੱਚੇ ਨੂੰ ਨਿੱਕੀ ਗੱਲ ਹੁੰਦੀ, ਕੌਣ ਜ਼ਿੰਮੇਵਾਰ ਹੁੰਦਾ? ਮੈਂ ਦੱਸਦਾ ਹਾਂ। ਹਾਂ ਦੱਸੋ ਖੜ ਜਾ, ਕਿਉਂ ਦੂਸਰੀ ਦੋ? ਕਿਉਂ ਨਹੀਂ ਇਹ ਕਿਉਂ ਆਜੋ ਨਾ ਗੱਲ ਹੀ ਕੋਈ ਨਹੀਂ ਹੈਗੀ, ਬੱਚੇ ਨੂੰ ਕੋਈ ਕੱਲ ਨੂੰ ਨਿੱਕੀ ਗੱਲ ਹੁੰਦੀ ਕੋਈ।